ਜਲੰਧਰ ਦੇ ਕੰਤਨਗਰ ਵਿੱਚ 23 ਅਗਸਤ 2010 ਨੂੰ ਕੁਲਵਿੰਦਰ ਕੌਰ ਦੀ ਕੁੱਖੋਂ ਨੰਨੀ ਪਰੀ ਨੇ ਜਨਮ ਲਿਆ। ਉਸ ਨੰਨੀ ਪਰੀ ਦਾ ਨਾਮ ਕੋਮਲਪ੍ਰੀਤ ਰੱਖਿਆ ਗਿਆ। ਪੰਜਾਬ ਟੀਵੀ ਦੀ ਸਮੁੱਚੀ ਟੀਮ ਵੱਲੋਂ ਕੋਮਲਪ੍ਰੀਤ ਨੰਨੀ ਪਰੀ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਸ਼ੁਭਕਾਮਨਾਵਾਂ। ਵਾਹਿਗੁਰੂ ਜੀ ਕੋਮਲਪ੍ਰੀਤ ਉੱਤੇ ਆਪਣਾ ਮਿਹਰ ਭਰਿਆ ਹੱਥ ਰੱਖੇ। ਕੋਮਲ ਹਰ ਸਮੇਂ ਹੱਸਦੀ ਖਿਲਖਿਲਾਉਂਦੀ ਰਹੇ। ਇੱਕ ਵਾਰ ਫਿਰ ਤੋਂ ਕੋਮਲਪ੍ਰੀਤ ਨੂੰ ਜਨਮ ਦਿਨ ਦੀਆਂ ਸ਼ੁਭਕਾਮਨਾਵਾਂ। ਉਸ ਕੀ ਇੱਕ ਬੂੰਦ ਸੀ ਹੋਤੀ ਹੈ ਬੇਟੀਆਂ, ਤਕਲੀਫੋ ਮਾਂ ਬਾਪ ਕੋ ਤੋ ਰੋਤੀ ਹੈ ਬੇਟੀਆਂ। ਰੋਸ਼ਨ ਕਰੇਗਾ ਬੇਟਾ ਤੂੰ ਏਕ ਹੀ ਕੁਲ ਕੋ, ਦੋ ਘਰ ਕੋ ਰੋਸ਼ਨ ਕਰੇਗੀ ਬੇਟੀਆਂ। ਅਗਰ ਹੀਰਾ ਹੈ ਬੇਟਾ ਤੋ ਮੋਤੀ ਹੈ ਬੇਟੀਆਂ। ਉਸ ਕੀ ਇੱਕ ਬੂੰਦ ਸੀ ਹੋਤੀ ਹੈ ਬੇਟੀਆਂ, ਉਸ ਕੀ ਇੱਕ ਬੂੰਦ ਸੀ ਹੋਤੀ ਹੈ ਬੇਟੀਆਂ।